ਚਲੋ ਅੱਜ ਮੈਂ ਬੜੇ ਦਿਨਾਂ ਤੋਂ ਕਹਿ ਰਿਹਾ ਸੀ ਕਿ ਮੇਰਾ ਪਟਾਕਾ ਪੈਣਾ ਤੁਹਾਡਾ ਪਿਓ ਤਿਆਰ ਹੈ ਹੁਣ ਮਰਨ ਨੂੰ ਜਿਹਦੇ ਬੰਟਿਆਂ 'ਚ ਦਮ ਹੈਗਾ ਜੂਸ ਹੈਗਾ ਮੈਂ ਇਕੱਲਾ ਹੁੰਦਾ ਮੈਂ ਬਹੁਤ ਦਿਨ ਤੋਂ ਕੰਟਰੋਲ ਕਰ ਰਿਹਾ ਸੀ ਮੈਂ ਨਾ ਬੋਲਾਂ ਪਰ ਅੱਜ ਕਾਂਗਰਸੀਆਂ ਨੇ ਆਪਣੀ ਔਕਾਤ ਦਿਖਾ ਦਿੱਤੀ ਮੈਂ ਬਹੁਤ ਇੱਜ਼ਤ ਕਰਦਾ ਸੀ ਅੱਜ ਮੇਰੇ ਫਾਦਰ ਸਾਹਿਬ ਨੂੰ ਘੇਰ ਕੇ ਇਹਨਾਂ ਨੇ ਗਾਲਾਂ ਕੱਢੀਆਂ ਮੇਰੇ 'ਤੇ ਹੱਥ ਚੁੱਕਿਆ ਭਾਜੀ ਮੇਰੇ ਪਾਪਾ ਦੇ ਹੱਥ ਚੁੱਕਿਆ ਜਿਹੜਾ ਮੈਂ ਬਰਦਾਸ਼ਤ ਨਹੀਂ ਕਰਾਂਗਾ ਇੱਕ ਇੱਥੇ ਰਾਮਪਾਲ ਹੈਗਾ ਜਿਹਨੂੰ ਮੁਹੱਲੇ 'ਚ ਕੀ ਪੈ ਕਰਦੇ ਨਹੀਂ ਮੂੰਹ ਲਾ ਕੇ ਖੁਸ਼ ਰਾਮਪਾਲ ਉਹਦੀ ਫੋਟੋ ਦਿਖਾਓ ਕੱਢ ਕੇ ਜੇ ਕੋਈ ਹੈਗਾ ਰਾਮਪਾਲ ਇਹਦੇ ਸ਼ਹਿਰ 'ਚ ਪੂਰਾ ਜਲੂਸ ਕੱਢੀਏ ਰਾਮਪਾਲ ਬਹੁਤ ਇੱਜ਼ਤ ਕਰਦਾ ਸੀ ਮੈਂ ਇਹਨਾਂ ਦੀ ਮੈਂ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ ਮੈਂ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੱਸਣ ਲੱਗਾ ਮੇਰੇ ਡੈਡੀ ਇਲੈਕਸ਼ਨਾਂ 'ਚ ਖੜੇ ਸੀਗੇ ਮੇਰੇ ਘਰ ਕਲੇਸ਼ ਚੱਲਿਆ ਸੀ ਮੈਂ ਪੋਲੀਟਿਕਸ 'ਚ ਨਹੀਂ ਆਇਆ ਇਹਨਾਂ ਹਰਾਮਦਿਆਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਮੁੰਡੇ ਨੇ ਆਪਣੇ ਪਿਓ ਦਾ ਪੋਲੀਟਿਕਸ ਦੇ ਵਿੱਚ ਸਾਥ ਨਹੀਂ ਦਿੱਤਾ ਅੱਜ ਉਹਨੂੰ ਮਿਲਿਆ ਕੀ ਮਿਲਿਆ ਤਮਾਸ਼ਾ ਥੱਪੜ ਆ ਕੱਪੜੇ ਪਾੜੇ ਇਹਨਾਂ ਨੇ ਕੱਪੜੇ ਪਾੜ ਕੇ ਅੱਜ ਅਨਮੋਲ ਕਵਾਤਰਾ ਇੱਥੋਂ ਹਿੱਲੂਗਾ ਨਹੀਂ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਮੈਨੂੰ ਤਾਂ ਛੱਡੋ ਪੈ ਜੋ ਮੈਨੂੰ ਕੀ ਪਿਆਰ ਕਰਨਾ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸ਼ਿਵਪੁਰੀ ਇਲਾਕਾ ਅੰਮ੍ਰਿਤ ਸਵੀਟਸ ਦੇ ਕੋਲ ਮੈਂ ਬੈਠਾ ਰੋਡ 'ਤੇ ਜਦੋਂ ਤੱਕ ਇਹ ਬੰਦੇ ਅੰਦਰ ਨਹੀਂ ਹੁੰਦੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਕੁੱਟਿਆ ਨਹੀਂ ਜਾਇਆ ਕਹਿੰਦੇ ਅਨਮੋਲ 2 ਨੰਬਰ ਦੀ ਕਮਾਈ ਕਰਦਾ ਕਿਹੜਾ ਹਰਾਮ ਦਾ ਸਾਬਤ ਕਰ ਦੇਵੇ 2 ਨੰਬਰ ਦੀ ਕਮਾਈ ਮੇਰੀ ਸਾਰੀ ਜ਼ਿੰਦਗੀ ਲਈ ਹੁਣੀ ਫਾਂਸੀ ਚੜੂੰਗਾ ਜੇ ਸਾਬਤ ਨਾ ਕਰ ਪਾਏ ਤਾਂ ਇੱਥੇ ਮੈਨੂੰ ਮਿਲਣਾ ਫੋਟੋ ਦਿਖਾਈ ਰਾਮਪਾਲ ਦੀ ਇਹ ਆ ਰਾਮਪਾਲ ਆਪਣੇ ਆਪ ਨੂੰ ਸਮਝਦਾ 2 ਟਕੇ ਦਾ ਬੰਦੇ ਦੀ ਨਾ ਸ਼ਕਲ ਨਾ ਅਕਲ ਕਹਿੰਦਾ ਜੀ ਅਨਮੋਲ 17,000 ਦੀ ਜੈਕਟ ਬੰਦਾ ਤੇਰੇ ਪਿਓ ਕੋਲ ਲੈ ਕੇ ਬੰਨਾ ਸਾਰਿਆ ਔਕਾਤ ਹੈ ਤਾਂ ਬੰਨਾ ਤੇਰਾ ਬੁੜਾ 3ਜੀ ਕਲਾਸ ਦੇ ਵਿੱਚ 7.5 ਲੱਖ ਰੁਪਏ ਲਾ ਕੇ ਸਿੰਗਾਪੁਰ ਘੁੰਮ ਕੇ ਆਇਆ ਸੀ ਸਾਲਿਆ ਅੱਜ ਮੈਂ ਬਾਈਆਂ ਦਾ ਤੂੰ ਮੈਨੂੰ ਸੋਚਦਾ ਟੁੱਚ ਮੈਂ ਟੁੱਚ ਹੀ ਹਾਂ ਮੈਨੂੰ ਪਤਾ ਸੀ ਗੈਂਡ 'ਚ ਜੁੱਤੀਆਂ ਅੱਜ ਮੈਂ ਮਰਨ ਲਈ ਵੀ ਤਿਆਰ ਹਾਂ ਸਾਰੇ ਲੋਕ ਖੜੇ ਤਮਾਸ਼ਾ ਦੇਖਣ ਵਾਲੇ ਔਰ ਇਹ ਸ਼ਿਵਪੁਰੀ ਇਲਾਕਾ ਲੁਧਿਆਣੇ ਦੇ ਵਿੱਚ ਮੈਂ ਬੈਠਾ ਉਦੋਂ ਤੱਕ ਜਦੋਂ ਤੱਕ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਵੋਟਾਂ ਹੋ ਗਈਆਂ ਜਿਹੜਾ ਮਰਜ਼ੀ ਜਿੱਤੇ ਜਿਹੜਾ ਮਰਜ਼ੀ ਆ ਰਹੇ ਮੈਂ ਨਾ ਸਪੋਰਟ ਕੀਤੀ ਕਿਸੇ ਨੂੰ ਔਰ ਅੱਜ ਕਰੂੰਗਾ ਅੱਜ ਬੈਂਸ ਸਾਹਿਬ ਵੀ ਇੱਥੇ ਆਣਗੇ ਹੋਰ ਜਿਹੜੇ MLA MP ਹੈਗੇ ਉੱਥੇ ਆਣਗੇ ਅਮਰ ਸਵੀਟਸ ਦੇ ਕੋਲ ਜੇ ਆਪਣੀ ਮਾਂ ਦਾ ਦੁੱਧ ਪੀਤਾ ਸੱਚਾ ਤਾਂ ਅੱਜ ਆ ਜਾਈਓ ਇੱਥੇ ਅਤੇ ਫੈਸਲਾ ਲੈ ਲਈਓ ਕਿ ਆਹ ਸੱਚੇ ਬੰਦੇ ਦੀ ਆਹ ਹਾਲਤ ਹੈ ਬਹੁਤ ਦਿਨ ਤੋਂ ਮੈਂ ਕੰਟਰੋਲ ਕਰ ਰਿਹਾ ਸੀ ਕਿ ਮੈਂ ਨਾ ਬੋਲਾਂ ਪਰ ਜਿਹੜਾ ਇੱਥੇ ਦਾ ਕੌਂਸਲਰ ਆ ਲੜਾਈ ਪਤਾ ਕਿਹੜੀ ਹੁੰਦੀ ਆ ਜਨਤਾ ਨੂੰ ਜਿੱਤਣ ਦੀ ਮੈਂ ਮਜਬੂਰ ਹੋ ਰਿਹਾ ਪੋਲੀਟਿਕਸ 'ਚ ਆਉਣ ਤੋਂ ਹੁਣ ਤਾਂ ਹੁਣ ਆਊਗਾ ਤੁਹਾਡਾ ਪਿਓ ਸ਼ਿਵਪੁਰੀ ਇਲਾਕਾ ਆਪਣੀ ਬਰਾਦਰੀ ਜੇ ਮੈਂ ਗੱਲ ਕਰਾਂ ਸਾਲਿਓ ਤੁਹਾਡੀ ਜ਼ਿੰਦਗੀ 'ਚ ਕੋਈ ਕੁਛ ਨਹੀਂ ਬਣ ਸਕਦਾ ਇਸ ਬੰਦੇ ਨੇ ਆਪਣਾ ਘਰ ਤਬਾਹ ਕਰ ਲਿਆ ਕੰਮ ਜ਼ੀਰੋ ਕਰ ਲਿਆ ਕਿਸੇ ਕੋਲ ਕੁਛ ਖਾਧਾ ਮੈਨੂੰ ਆ ਕੇ ਦੱਸੋ ਸਾਲਿਓ ਤੁਹਾਡੇ ਕੋਲ ਕੁਛ ਖਾਧਾ ਕਿਸੇ ਨੇ ਕੋਲੋਂ ਲਾ ਕੇ ਲਾਇਆ ਜਿੱਦਾਂ ਮੈਂ ਕਿਹਾ ਮੇਰੀ ਗੱਲਾਂ ਦਾ ਜਵਾਬ ਹੋਇਆ ਇੱਥੇ ਆ ਜਿਓ ਸ਼ਿਵਪੁਰੀ ਇਲਾਕਾ ਲੁਧਿਆਣੇ ਅਮਰ ਸਟਰੀਟ ਦੇ ਕੋਲ ਮੈਂ ਬੈਠਾ ਇਸ ਟਾਈਮ ਅੱਜ ਵੋਟਾਂ ਦਾ ਦਿਨ ਹੈ ਮੈਂ ਉਦੋਂ ਤੱਕ ਹਿੱਲੂੰਗਾ ਨਹੀਂ ਜਦੋਂ ਤੱਕ ਇਹਨਾਂ 'ਤੇ ਕਾਰਵਾਈ ਨਹੀਂ ਹੁੰਦੀ ਸਾਰੇ ਆ ਜਿਓ ਬੁਲਾ ਯਾਰ ਆ ਜਾਓ ਸਾਹਮਣੇ ਰੂੰਗਾ ਅੱਜ ਤਾਂ ਸ਼ੁਰੂ ਹੋਇਆ ਪਾ ਯਾਰ ਲਾਈਵ ਸਾਰੇ ਬਿੱਜਾ ਦੇ ਲਾਈਵ ਹੀ ਹੈ ਸਾਰੇ ਲਾਓ ਸਾਰੇ ਲਾਓ ਸਾਰੇ ਮਰੋ ਭੈਣ ਚਲੋ ਯਾਰ ਸਾਰੇ ਆ ਜਾਓ ਜਿੰਨੇ ਆਉਣਾ